ਇਧਰ ਰੇਡਾ ਪਾਉਂਦੇ ਵਿੱਚ ਮੈਦਾਨੀ ਮੰਡ ਕੇ ਆ ਗਿਆ ਸ਼ਹੀਦ ਕਬੱਡੀ ਕਲੱਬ ਉਸਤਾਦ ਜਵੇਦ ਦਾ ਲਾਡਲਾ ਸ਼ਹੀਦ ਸਭ ਤੋਂ ਪਿੱਛੇ ਲੱਗਾ ਹੋਇਆ ਮਹਿਰੀ ਸ਼ਾਹ ਸ਼ਹੀਦ ਕਬੱਡੀ ਕਲੱਬ ਦੇ ਜਵੇਦ ਤਗੜਾ ਟੈਪ ਦਾ ਸੈੱਟ ਆ ਗਿਆ ਗਰਾਊਂਡ ਵਿੱਚ ਆ ਗਏ ਬਾਈ ਹਾਂਜੀ ਦੂਜੀ ਟੀਮ ਵੀ ਆ ਗਏ ਸਜਾਵਲ ਪੱਪਰ ਸ਼ੇਰ ਅਲੀ ਪੱਪਰ ਸ਼ੇਰ ਖੇਡ ਮੈਦਾਨ ਦੇ ਵਿੱਚ ਉਸ ਤੋਂ ਪਿੱਛੇ ਆ ਗਿਆ ਪੱਟ ਕੋਈ ਪਲੇਅਰ ਬਾਮ ਤੇਲ ਕਲੇਸ ਲਾ ਕੇ ਗਰਾਊਂਡ ਦੇ ਵਿੱਚ ਨਾ ਆਵੇ ਕਿਉਂਕਿ ਓਕੇ ਹੋ ਗਿਆ ਔਰ ਬੱਟ ਦੇ ਜਨਾਬ ਖਾਸ ਪਾਬੰਦੀ ਹੈ ਬੱਟ ਸਾਹਿਬ ਨੋਟ ਕਰ ਲਓ ਕੋਈ ਵੀ ਖਿਡਾਰੀ ਬਾਮ ਤੇਲ ਕਲੇਸ ਲਾ ਕੇ ਗਰਾਊਂਡ ਦੇ ਵਿੱਚ ਨਾ ਆਵੇ ਕਿਉਂਕਿ ਇਨਸ਼ਾਅੱਲਾ ਮੁੰਡਾ ਗਰਾਊਂਡ ਤੋਂ ਬਾਹਰ ਜਾਏਗਾ ਹਾਂਜੀ ਮੀਆਂ ਮਾਟੀ ਸਾਡਾ ਭਾਈ ਐਲਾਨ ਕਰਾ ਰਹੇ ਸਖਤੀ ਨਾਲ ਕੋਈ ਖਿਡਾਰੀ ਬਾਮ ਤੇਲ ਕਲੇਸ ਲਾ ਕੇ ਗਰਾਊਂਡ ਦੇ ਵਿੱਚ ਨਾ ਆਵੇ ਆ ਜਾਓ ਬਾਈ ਹੁਣ ਆ ਛੋਟੇ ਮੁੰਡੇ ਸਾਰੇ ਬਾਹਰ ਆ ਜਾਓ ਉਸਤਾਦ ਜੀ ਕਰਾਓ ਜੀ ਮੈਚ ਸਟਾਰਟ ਉਸਤਾਦ ਜਵੇਦ ਸਾਹਿਬ ਕਰਾਓ ਮੈਚ ਦਾ ਕੈਮਰਾਮੈਨ ਕਰ ਦਿਓ ਸ਼ਹੀਦ ਕਬੱਡੀ ਕਲੱਬ ਔਰ 263 ਭੁੱਖਪੁਰਾ ਕਬੱਡੀ ਦਾ ਗਰਾਊਂਡ ਫੇਸਬੁੱਕ ਤੇ ਸਾਡਾ ਪੇਜ ਹੈ ਫੋਰ ਜੀ ਨਿਊਜ਼ ਐਚ ਡੀ ਪਲੱਸ ਕਬੱਡੀ ਟੀਵੀ ਕਾਸਮ ਕਮਲ ਸਾਡਾ ਭਰਾ ਜਿਹੜਾ ਕੈਚ ਕਰ ਰਹੇ ਹਾਂ ਜਨਾਬ ਲਾਈਵ ਚਲਾ ਰਹੇ ਹਾਂ ਲਾਈਵ ਚੱਲ ਰਹੇ ਕਾਸਮ ਭਾਈ ਔਰ ਯੂਟਿਊਬ ਤੇ ਤੁਹਾਨੂੰ ਮਿਲਣੀ ਹੈ ਵੀਡੀਓ ਇਹ ਫੋਰ ਜੀ ਨਿਊਜ਼ ਐਚ ਡੀ ਪਲੱਸ ਕਬੱਡੀ ਟੀਵੀ ਹਾਂਜੀ ਗਰਾਊਂਡ ਹੁਣ ਕਲੀਅਰ ਕਰ ਦਿਓ ਔਰ ਮੈਚ ਹੋਣ ਲੱਗਾ ਸਟਾਰਟ ਸਾਹਮਣੇ ਦੇ ਪਿੰਡ ਪੈਣ ਲੱਗਿਆ ਔਰ ਲੱਗਣਾ ਪੱਕਾ ਜੀ ਇੱਥੇ ਫਿਰ ਕਬੱਡੀ ਪਾ ਰਿਹਾ ਸੀ ਮੁੰਡਾ ਜੀ ਇੱਧਰ ਦੇ ਮੁੰਡੇ ਨੂੰ ਲੱਗਦਾ ਕੋਈ ਸਮੇਂ ਨਹੀਂ ਲੱਗ ਰਹੀ ਯਾਰ ਇਸ ਤੋਂ ਬਾਅਦ ਵੱਡੀਆਂ ਟੀਮਾਂ ਆ ਗਏ ਇਸ ਤੋਂ ਬਾਅਦ ਵੱਡੀਆਂ ਟੀਮਾਂ ਬਾਈ ਵੱਡੀਆਂ ਟੀਮਾਂ ਆ ਗਏ ਕੋਈ ਸਾਹਿਬ ਬੰਦੇ ਨੂੰ ਲੱਗ ਰਿਹਾ ਪਤਾ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਦੱਸੀ ਜਾਏਗਾ ਹਾਂਜੀ ਇਸ ਤੋਂ ਬਾਅਦ ਵੱਡੀਆਂ ਟੀਮਾਂ ਆ ਗਏ ਇਸ ਤੋਂ ਬਾਅਦ ਵੱਡੀਆਂ ਟੀਮਾਂ ਰੈਡੀ ਹੋ ਗਏ ਬਾਈ ਜਲਦ ਗਰਾਊਂਡ ਦੇ ਵਿੱਚ ਆ ਗਏ ਜੀ ਇੱਧਰਲੇ ਬੰਦੇ ਲਹਿਰੀ ਸ਼ਾਹ ਪੁਆਇੰਟ ਹੋ ਗਿਆ ਲਹਿਰੀ ਸ਼ਾਹ ਦੇ ਖਾਤੇ ਚੱਲ ਬਿਜਲੀ ਗੇਟ ਤੇ ਆ ਗਿਆ ਫਿਰ ਮੈਦਾਨ ਦੇ ਵਿੱਚ ਬੱਟ ਚੱਲ ਵੀ ਬੱਟਾ ਔਰ ਦੇਖਾਂਗੇ ਸਾਹਮਣੇ ਆਓ ਕਿਹੜਾ ਜਾਪੀ ਲੱਗ ਗਿਆ ਜੀ ਬੱਟ ਔਰ ਦੂਜੇ ਬੰਨੇ ਜੱਗਾ ਜੱਗਾ ਤੇ ਬੱਟ ਬੱਟ ਤੇ ਜੱਗਾ ਪੁਆਇੰਟ ਹੋ ਗਿਆ ਸਮੇਂ ਬੱਟ ਦਾ ਪੁਆਇੰਟ ਕਬੱਡਰ ਦਾ ਔਰ ਅੱਜ ਦੇ ਮੈਚਾਂ ਦੀ ਵੀਡੀਓ ਜਨਾਬ ਕੈਚ ਕਰ ਰਿਹਾ ਸਾਡਾ ਭਰਾ ਕਾਸਮ ਕੰਬੋ ਫੋਰ ਜੀ ਨਿਊਜ਼ ਐਚ ਡੀ ਪਲੱਸ ਕਬੱਡੀ ਟੀਵੀ ਜਨਾਬ ਕੈਚ ਕਰ ਰਿਹਾ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਔਰ ਲਾਈਵ ਚਲਾ ਰਿਹਾ ਫੇਸਬੁੱਕ ਦੇ ਉੱਤੇ ਜਨਾਬ ਜਿਹੜੇ ਮਿੱਤਰ ਸਾਡੇ ਬਾਹਰ ਪ੍ਰਦੇਸ਼ ਬੈਠੇ ਆ ਉਹਨਾਂ ਨੂੰ ਦੱਸ ਦਿਓ ਕਿ ਅੱਜ ਦਾ 263 ਭੁੱਖਪੁਰੇ ਦਾ ਜਿਹੜਾ ਮੈਚ ਜਿਹੜੇ ਚੱਲ ਰਹੇ ਆ ਲਾਈਵ ਚੱਲ ਰਹੇ ਫੇਸਬੁੱਕ ਦੇ ਫੋਰ ਜੀ ਨਿਊਜ਼ ਚੈਨਲ ਤੇ ਜੀ ਬਾਈ ਇਸ ਤੋਂ ਬਾਅਦ ਮਿੱਤਰੀਆਂ ਟੀਮਾਂ ਆ ਗਏ ਇਸ ਤੋਂ ਬਾਅਦ ਚੀਮਾ ਚੱਕ ਔਰ 263 ਵੱਡੇ ਮੈਚ ਆਸੇ ਟੀਮਾਂ ਰੈਡੀ ਹੋ ਕੇ ਸਿਰਫ 2 ਮਿੰਟਾਂ ਰੈਡੀ ਹੋ ਕੇ ਟੀਮਾਂ ਗਰਾਊਂਡ 'ਚ ਆ ਗਏ ਕਿਉਂਕਿ ਟਾਈਮ ਭਰਾ ਕਾਫੀ ਹੋ ਗਿਆ ਟਾਈਮ ਬਹੁਤ ਹੋ ਗਿਆ ਰਤਨੀਆਂ ਦੋਨੋਂ ਟੀਮਾਂ ਗਰਾਊਂਡ 'ਚ ਆ ਗਏ ਜੀ ਚੱਲ ਵੀ ਆ ਗਿਆ ਝਾਨਾ ਝਾਨਾ ਆ ਗਿਆ ਔਰ ਲੱਗ ਗਿਆ ਹਸਨੈਨ ਡੋਗਰ ਲੱਗ ਗਿਆ ਸਰਦਾਰ ਹਸਨੈਨ ਡੋਗਰ ਲੱਗ ਗਿਆ ਆ ਸਦਕੇ ਡੋਗਰਾ ਡੋਗਰ ਬਾਈ ਲੱਗ ਗਿਆ ਡੋਗਰ ਨੇ ਕਰਤੇ ਚੱਕੇ ਜਾਮ ਔਰ 30 ਸੈਕਿੰਡਾਂ ਦਾ ਫੇਰਾ ਟੱਕ 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 ਹਾਂਜੀ ਸਿਰਦਰ ਨੇ ਡੋਗਰ ਦਾ ਕਜ਼ਨ ਹੈ ਮੁੰਡਾ ਬਾਈ ਪੁਆਇੰਟ ਹੋ ਗਿਆ ਸਮੇਂ ਡੋਗਰ ਦਾ ਪੁਆਇੰਟ ਹੋ ਗਿਆ ਡੋਗਰ ਦੇ ਖਾਤੇ ਉਹਦੇ ਨਾਲ ਸਾਡਾ ਭਰਾ ਸਿਰਦਰ ਮੈਨ ਡੋਗਰ ਪੂਰੀ ਚੱਸ ਲੈ ਰਿਹਾ ਪੱਪਾ ਦੇ ਭਾਰ ਦੇ ਜਨਾਬ ਖੜਾ ਸਾਡਾ ਦੂਜਾ ਨਾਲ ਉਸਤਾਦ ਇਸ਼ਤਰਾਕ ਸ਼ਾਮੀ ਨਈਮ ਖਾਨ ਪਕਾਰ ਔਰ ਸ਼ਾਨਾ ਡੋਗਰ ਸਾਡਾ ਦੂਜਾ ਜਿੰਨੇ ਵੀ ਜਨਾਬ ਸਾਡੇ ਬਾਈ ਪੁੱਛੇ ਹੋਏ ਜਨਾਬ ਸਾਰਿਆਂ ਨੇ ਸ਼ੁਕਰੀਆ ਥੈਂਕ ਯੂ ਜਨਾਬ ਲਾਜੀ
ਅੰਦਰਲੇ ਬੰਨੇ ਲਹਿਰੀ ਸ਼ਾਹ, ਲਹਿਰੀ ਸ਼ਾਹ ਤਾਂ ਦੂਜੇ ਬੰਨੇ ਅਰਬਾਸ ਪੱਤੇ ਆ ਜਾਂਦਾ ਲਹਿਰੀ ਸ਼ਾਹ ਹਸਪਤਾਲ ਰੋਂਦਾ ਨਾਲ ਨਖਰੇ ਜੇ ਕਰਦਾ ਤਾਂ ਇਹ ਤੇ ਜ਼ਮਾਨਾ ਇਹਦੀ ਖੇਡ ਤੇ ਮਰਦਾ ਨੰਬਰ ਲਹਿਰੀ ਸ਼ਾਹ ਦਾ ਅਰੇ ਗੱਡੀਆਂ ਟੀਮਾਂ ਬਾਈ ਤੇਜ਼ ਐਲਾਨ ਕਰਾ ਰਿਹਾ ਵਾ ਕੋਈ ਖਿਡਾਰੀ ਬਾਮ ਦੇਲ ਪੁਲਿਸ ਦਾ ਦੇ ਗਰਾਊਂਡ ਦੇ ਵਿੱਚ ਨਾ ਆਵੇ ਇਹ ਨੋਟ ਕਰ ਲਓ ਮੀਆਂ ਜੀ ਲਾਣ ਆਪਾਂ ਕਰਦਾ ਸਖਤੀ ਨਾ ਕੋਈ ਖਿਡਾਰੀ ਬਾਮ ਦੇਲ ਪੁਲਿਸ ਦਾ ਦੇ ਗਰਾਊਂਡ ਦੇ ਵਿੱਚ ਨਾ ਆਵੇ ਇਹ ਨੋਟ ਕਰਨਾ ਨਾ ਜਨਾਬ ਜਿਹੜੇ ਖਿਡਾਰੀ ਨੇ ਸਾਬਤ ਹੋਈ ਨਾ ਕੁਛ ਵੀ ਹੋ ਸਕਦਾ ਐਕਸ਼ਨ ਦੇ ਖਿਲਾਫ ਹੋਣਾ ਕੋਈ ਖਿਡਾਰੀ ਬਾਮ ਦੇਲ ਪੁਲਿਸ ਦਾ ਦੇ ਗਰਾਊਂਡ ਦੇ ਵਿੱਚ ਨਾ ਆਵੇ ਹਰ ਬਾਈ ਅੱਜ ਫੱਬਿਆ ਸੱਜਾ ਹੈ ਕਬੱਡੀ ਟੂਰਨਾਮੈਂਟ ਰਹਿਣਾ ਆਫਤਾਬ ਮੈਮੋਰੀਅਲ ਕਬੱਡੀ ਟੂਰਨਾਮੈਂਟ ਰਹਿਣਾ ਆਫਤਾਬ ਮਰਹੂਮ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਦਾ ਕਬੱਡੀ ਟੂਰਨਾਮੈਂਟ ਫਾਈਨਲ ਗੇਮ ਫਾਈਨਲ ਦਿਖਾਣਾ ਹਰਾਈ ਕੇ ਸਾਡੇ ਚੇਚੇ ਬੁਲਾਉਣੇ ਰਹਿਣਾ ਇਫਤਖਾਰ ਸਾਹਿਬ ਜਿਹੜੇ ਤਸ਼ੀਕ ਲੈ ਕੇ ਆ ਰਹੇ ਰਹਿਣਾ ਹਸਨ ਮਸ਼ਰਫ ਸਾਹਿਬ ਉਹ ਵੀ ਇਸ਼ਾਰਾ ਤਸ਼ੀਕ ਲੈ ਕੇ ਆਉਣਗੇ ਹਾਂਜੀ ਸਾਕਤ ਜੀ ਪੈਂਟ ਪੈਂਟ ਜਾਪੀ ਦਾ ਹੈ ਜੀ ਬਿਲਕੁਲ ਜੀ ਪੈਂਟ ਜਾਪੀ ਦਾ ਚੱਲ ਬਈ ਇਧਰਲੇ ਬੰਨੇ ਆ ਗਿਆ ਅਗਲੀ ਗੇਟ ਤੇ ਫਿਰ ਮੁੰਡਾ ਆ ਗਿਆ ਫਿਰ ਇਧਰਲੇ ਬੰਨੇ ਲਓ ਸਾਹਮਣੇ ਜੱਦਾ ਜੱਦਾ ਇਹ ਓ ਹੋ ਹੋ ਆ ਸਦਕੇ ਪੁੱਤਰਾ ਜੀ ਔਰ ਵੈਲਕਮ ਕਰਾਂਗੇ ਜਨਾਬ ਸਾਡੇ ਭਰਾ ਰਾਣਾ ਬਲਾਲ ਸਾਹਿਬ ਜਨਾਬ ਉਹਨਾਂ ਨੂੰ ਦਿੱਲੀ ਦੀਆਂ ਵਿੰਗੇ ਥਾਵਾਂ ਤੇ ਜਨਾਬ ਮੋਸਟ ਵੈਲਕਮ ਖੁਸ਼ ਆਮਦੀ ਰਾਣਾ ਬਲਾਲ ਸਾਹਿਬ ਤੁਹਾਡਾ ਸ਼ੁਕਰੀਆ ਔਰ ਹੋਰਾ ਬੱਟ ਸਾਡਾ ਭਰਾ ਜਨਾਬ ਉਹਨਾਂ ਨੂੰ ਦਿੱਲੀ ਦੀਆਂ ਵਿੰਗੀਆਂ ਥਾਵਾਂ ਤੇ ਜਨਾਬ ਵੈਲਕਮ ਸਤ ਬਿਸਮਿਲਾ ਜੀ ਇਧਰਲੇ ਬੰਨੇ ਲਹਿਰੀ ਸ਼ਾਹ ਦਾ ਸਾਕਤ ਪੁਆਇੰਟ ਹੋ ਗਿਆ ਸਮੇਂ ਲਹਿਰੀ ਸ਼ਾਹ ਦੇ ਖਾਤੇ ਔਰ ਕੋਚ ਰਾਣਾ ਅਸਦ ਜਿਹਨੇ ਪੂਰੀ ਮਿਹਨਤ ਕਰਾਈ ਹੈ ਬਾਈ ਟੀਮ ਨੇ ਕੋਚ 200 ਕਰੋੜ ਭੁੱਖ ਪੂਰਾ ਰਾਣਾ ਅਸਦ ਸਾਡਾ ਬਹੁਤ ਅਰਦਾਸ ਭੱਟੀ ਜਨਾਬ ਜਿੰਨੀ ਵੀ ਸਾਡੀ ਕਮੇਟੀ ਹੈ ਜਨਾਬ ਸਾਰੇ ਭਾਈਆਂ ਦਾ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ ਅਰਦਾਸ ਭੱਟੀ ਹੋ ਗਿਆ ਔਰ ਰਾਣਾ ਰੱਬ ਨਵਾਸ ਰਾਣਾ ਅਵੈਸ ਰਾਣਾ ਸਰਮਦ ਰਾਣਾ ਹਸੈਨ ਨੰਬਰਦਾਰ ਇਧਰਲੇ ਬਣੇ ਲੱਗ ਗਿਆ ਜੱਗਾ ਤਾਂ ਬੱਟ ਬੱਟ ਤਾਂ ਜੱਗਾ ਜੱਗੇ ਨੇ ਚੱਕੇ ਜਾਮ ਕੀਤੇ ਹੋਏ ਆ ਉਹ ਤਾੜੀਆਂ ਮਾਰੇ ਇੱਕ ਵਾਰੀ ਜੱਗੇ ਦੀਆਂ ਟਿਕਾ ਕੇ ਇੱਕ ਵਾਰੀ ਤਾੜੀਆਂ ਮਾਰ ਦਿਓ ਔਰ ਬਾਈ ਕਿਸੇ ਭਾਈ ਦਾ ਪੈਸੇ ਦੇ ਨਾ ਦੇ ਲੈਂਦੇ ਪੈਸੇ ਵੀ ਦੇ ਸਕਦੇ ਹੋ ਕਬੱਡੀ ਕੋਈ ਨਹੀਂ ਲੱਗੀ ਅਗਰ ਜੱਫਾ ਚੰਗਾ ਲੱਗੇ ਜਾਂ ਕਬੱਡੀ ਚੰਗੀ ਲੱਗੇ ਇਹਨਾਂ ਖਿਡਾਰੀਆਂ ਨੂੰ ਪੈਸੇ ਵੀ ਦੇ ਸਕਦੇ ਹੋ ਜੀ ਚੱਲ ਵੀ ਆ ਗਿਆ ਅਪਰਾਧ ਕਮਾਂਡੋ ਚੱਲ ਵੀ ਕਮਾਂਡੋ ਪਾ ਦੇ ਕਬੱਡੀ ਤੇ ਸੱਜਣਾ ਜੇ ਤੂੰ ਹਾਸੇ ਦਿੱਤੇ ਤੇ ਦੁੱਖ ਵੀ ਅੱਛੇ ਖਾਸੇ ਦਿੱਤੇ ਤੇ ਲੋਕਾਂ ਨੇ ਤੇ ਗੱਲ ਨਹੀਂ ਕੀਤੀ ਤੂੰ ਤੇ ਖੋਲ ਖਾਸੇ ਦਿੱਤੇ ਚੱਲ ਵੀ ਆ ਗਿਆ ਅਪਰਾਧ ਕਮਾਂਡੋ ਆ ਗਿਆ ਮੁੰਡਾ ਕਮਾਂਡੋ ਐਸੇ ਨੇ ਖੇਡ ਮੈਦਾਨ ਦੇ ਵਿੱਚ ਔਰ ਲੱਗ ਗਿਆ ਜ਼ੈਨ ਲੱਗ ਗਿਆ ਜ਼ੈਨ ਲੱਗ ਗਿਆ ਭੁੱਖ ਪੂਰਾ ਨਾ 200 ਕਰੋੜ ਫਿਰੋ ਜ਼ੈਨ ਲੱਗ ਗਿਆ ਕੋਚ ਰਾਣਾ ਇਸ ਨੇ ਪੂਰੀ ਮਿਹਨਤ ਕਰਾਈ ਹੈ ਔਰ ਆਪਣੀ ਸਾਜਣਾ ਦੇ ਵਿੱਚ ਪੁਆਇੰਟ ਹੋ ਗਿਆ ਜੀ ਰੇਡਰ ਦਾ ਪੁਆਇੰਟ ਕਬੱਡਰ ਦੇ ਖਾਤੇ ਬਾਈ ਜ਼ੈਨ ਜਾਪੀ ਦਾ ਠੀਕ ਹੈ ਇੱਕ ਦੋ ਤੋਂ ਪੁਆਇੰਟ ਜਾਪੀ ਦਾ ਆ ਗਿਆ ਬਾਈ ਤਰੀਆਂ ਟੀਮਾਂ ਆ ਗਏ ਬਾਈ ਜੀ ਇਸ ਤੋਂ ਬਾਅਦ ਵੱਡੀਆਂ ਟੀਮਾਂ ਰੈਡੀ ਹੋ ਕੇ ਜਲਦ ਤੋਂ ਜਲਦ ਗਰਾਊਂਡ ਦੇ ਵਿੱਚ ਆ ਗਏ ਇਸ ਤੋਂ ਬਾਅਦ 200 ਕਰੋੜ ਔਰ ਚੀਮਾ ਚੱਕ ਕਬੱਡੀ ਕਲੱਬ ਦੋਨੋਂ ਟੀਮਾਂ ਵੱਡੇ ਮੈਚ ਆਸੇ ਰੈਡੀ ਹੋ ਕੇ ਗਰਾਊਂਡ ਦੇ ਵਿੱਚ ਆ ਗਏ ਔਰ ਸਟੇਜ ਵੀ ਜਰਾ ਕਲੀਅਰ ਕਰਾ ਦੇ ਜਨਾਬ ਸਾਡੇ ਪੁਰਾਣੇ ਵੀ ਤਸ਼ੀਕ ਲੈ ਕੇ ਆ ਰਹੇ ਜਨਾਬ ਰਾਣਾ ਇਫਤਖਾਰ ਸਾਹਿਬ ਰਾਣਾ ਹਸਨ ਅਸ਼ਰਫ ਸਾਹਿਬ ਇਨਸ਼ਾਅੱਲਾ ਤਸ਼ੀਕ ਲੈ ਕੇ ਆ ਰਹੇ ਆ ਚੰਦ ਦੇਰ ਤੋਂ ਬਾਅਦ ਸਾਡੇ ਪ੍ਰਧਾਨ ਆਏ ਤੇ ਸਾਡੇ ਚੀਫ ਗੈਸਟ ਔਰ ਅੱਜ ਦੀ ਸਾਡੀ ਜਨਾਬ ਸਪਰਿਆ ਦੇ ਪ੍ਰਧਾਨ ਆਏ ਤੇ ਸਾਡੇ ਮੁੱਖ ਮਹਿਮਾਨ ਇਧਰਲੇ ਬੰਨੇ ਲੱਗ ਕੇ ਆ ਅਲੀ ਬਦਰਸ਼ਨ ਲੱਗ ਕੇ ਆ ਅਲੀ ਲੱਗ ਗਿਆ ਰਾਣਾ ਅਸਦ ਕੋਚ ਜਨਾਬ ਉਹਨੇ ਪੂਰੀ ਮਿਹਨਤ ਕਰਾਈ ਹੈ ਔਰ 30 ਸੈਕਿੰਡ ਤੱਕ ਤੱਕ ਕਰਕੇ ਸਮਾਂ ਇਧਰਲੇ ਬੰਨੇ ਸ਼ਾਹ ਤਾਂ ਦੂਜੇ ਬੰਨੇ ਅਲੀ ਬਦਰਸ਼ਨ ਤਾੜੀ ਮਾਰੀ ਯਾਰ ਇੱਕ ਵਾਰ ਮੈਨੂੰ ਆਸਦ ਟਿਕਾ ਕੇ ਤਾੜੀ ਮਾਰ ਦਿਓ ਬੈਠ ਹੋ ਗਿਆ ਸਮੇਂ ਅਲੀ ਦੇ ਖਾਤੇ ਇੱਧਰ ਫਿਰ ਕਬੱਡੀ ਪਈ ਹੈ ਬੱਟ ਵੀ ਐ ਲੱਗ ਗਿਆ ਓ ਬੱਗ ਜੱਟ ਇੱਧਰ ਬੱਟ ਤੇ ਜੱਗਾ ਓ ਸਦਗੋ ਜੱਗਿਆ
ਇਹ ਮੁੰਡਿਆਂ ਨੂੰ ਆਪਸ ਨੂੰ ਬੁੱਧ ਲੱਗ ਗਏ ਕੀ ਗੱਲ ਜਿੱਦਾਂ ਦੇ ਬੱਠ ਪੈਂਟ ਹੋ ਗਿਆ ਕਹਿੰਦੇ ਉਸ ਸਮੇਂ ਬੱਠ ਦਾ ਅਗਲੀ ਜੋਰ ਤੇ ਆ ਗਿਆ ਚੱਲ ਪਈ ਧਰਤੀ ਮਾਂ ਨੂੰ ਟੇਕਿਆ ਮੱਥਾ ਚੱਲ ਵੀ ਆ ਗਿਆ ਜਾ ਜੱਟ ਚੱਲ ਵੀ ਦਿੱਤਾ ਕਿ ਖੜਕਦਿਆਂ ਟੌਲਿਆਂ ਚ ਪੈਂਦੀਆਂ ਨੇ ਛੱਲੀਆਂ ਬਈ ਜੱਟ ਦੀਆਂ ਰੇਟਾਂ ਲੋਕੋ ਚਾਹੁੰਦੀਆਂ ਨੀ ਝੱਲੀਆਂ ਤੇ ਸੋਹਣੀ ਪਿੰਡਾ ਪਿੰਡ ਵਿੱਚ ਰੋਡ ਮਿੱਤਰਾ ਰੋਟੀ ਪੈਂਦੀ ਪੈਂਦੇ ਕਬਰ ਨੂੰ ਰੋਟ ਮਿੱਤਰਾ ਜੱਟ ਤਾਂ ਦੂਜੇ ਬੰਨੇ ਸਾਕਬ ਲੱਗ ਗਿਆ ਸਾਕਬ ਆ ਸਦਕੇ ਸਾਕਬ ਦੀਆਂ ਟਰਾਈਆਂ ਆ ਦੇਖਾਂਗੇ ਕਿੱਤਾ ਕਰ ਲਿਆ ਕੈਚ ਆਏ ਹਾਏ ਯਾਰ ਤਾੜੀ ਮਾਰੋ ਇੱਕ ਵਾਰੀ ਟਕਾ ਕੇ ਸਾਕਾ ਵਾਸਤੇ ਸੁੱਧੇ ਮਿੱਟੀ ਕੋਈ ਕਰੇਨ ਮੰਗਾ ਲਈ ਸੁੱਟਣ ਵਾਸਤੇ ਕਿੰਨੀ ਮਿੱਟੀ ਪਾਉਂਦੇ ਬੰਦੇ ਯਾਰ ਆ ਜਾਓ ਯਾਰ ਆ ਜਾਓ ਇਸ ਤੋਂ ਬਾਅਦ ਉਤਲੀਆਂ ਟੀਮਾਂ ਆ ਜਾਓ ਉਤਲੀਆਂ ਟੀਮਾਂ ਬਾਈ ਆ ਜਾਓ ਛੇਤੀ ਆ ਜਾਓ ਜਾਂ ਨਾ ਕੌਡੀ ਪੁੱਲ ਵਾਸਤੇ ਚੱਲ ਸ਼ਰਾ ਪਾ ਕਬੱਡੀ ਕਿ ਕਿਸੇ ਦੇ ਅੱਗੇ ਅੱਗੇ ਨਹੀਂ ਡੁੱਬਦੇ ਪਾਰਸਾ ਮਾਲਕ ਛੱਡੇ ਡੋਰਨਾ ਤੇ ਚੁੱਪ ਕੀਤੀ ਅੰਦਰ ਨੀ ਉਹ ਖੁਸਰੇ ਤੇ ਰੜਾ ਪਾ ਕੇ ਅੰਬੇ ਕਦੇ ਚੋਰਨਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਤੱਕੜੀ ਚ ਤੋਲੇ ਜਾਂਦੇ ਜੋੜਨਾ ਨਹੀਂ ਉਹ ਲੱਗਦੇ ਬਰਾਰ ਕਮਾਂਡੋ ਆ ਕਮਾਂਡੋ ਵਾਲਾ ਕਿਤੇ ਬਲਾਲ ਕਮਾਂਡੋ ਕਿਤੇ ਬਰਾਰ ਕਮਾਂਡੋ ਚੱਲ ਸ਼ਰਾ ਪਾ ਕਬੱਡੀ ਅੱਗੇ ਚਾਰ ਜਾਫੀ ਕੁੰਨਾ ਪੱਟੀ ਇਹ ਕੁੰਡਾ ਪੰਦਾ ਆ ਗਿੱਟਾ ਫੜਿਆ ਆ ਬਾਜੀ ਦੀ ਨਹੀਂ ਛੱਡਦੇ ਟੀਮਾਂ ਗਿੱਟਾ ਫੜਾਤਾ ਆ ਬਾਜੀ ਦੀ ਨਹੀਂ ਛੱਡਦੇ ਨੰਬਰ ਸਾਡੇ ਬੇਬੇ ਦੀ ਵਿਸਲ ਜਾਫੀ ਦਾ ਆ ਕੌਡੀ ਦਾ ਕਿੰਗ ਜਾਫੀ ਹੈ ਆ ਭੱਟਾਂ ਦਾ ਪੁੱਤ ਕੌਡੀ ਪਾਉਣ ਵਾਸਤੇ ਦੌੜੇ ਤੇ ਤਵੀ ਤਵੀ ਲਾਲ ਕੱਛਾ ਜਾਬਰ ਕਬੋਰੀਆਂ ਪੱਟੀਆਂ ਚਾਲੇ ਸ਼ਰਾ ਪਾ ਕਬੱਡੀ ਅੱਗੇ ਚੱਗਾ ਢੀਲ ਵਾਲਾ ਅੱਗੇ ਕੌਡੀ ਦਾ ਕਿੰਗ ਜਾਫੀ ਦੇ ਦੇਣਾ ਕੋਈ ਯਾਰ ਚੌਣ ਨਾ ਛਾਪਰ ਵਾ ਲਹਿਰੀ ਸ਼ਾਹ ਕੰਨ ਤੇ ਮੁੰਦਰੀ ਭਾਈ ਆ ਮੁੰਡਿਆਂ ਨੇ ਚੱਲ ਸ਼ੇਰਾ ਪਾਕ ਬੱਡੀ ਹਲਕੇ ਹਲਕੇ ਪੱਪਾਂ ਦੇ ਨਾਲ ਕਿਹੜਾ ਵਾਧਾ ਹੋਇਆ ਕਦੀ ਤੇ ਕਿੰਨਾ ਪੱਟੀ ਚੱਲ ਕਾਸਮ ਆ ਤੋ ਨਾ ਪੋ ਤੁਹਾਡੀ ਮਿਹਰਬਾਨੀ ਚੱਲ ਸ਼ੇਰਾ ਪਾਕ ਬੱਡੀ ਜਾਨਾ ਜਾਨਾ ਕੌਡੀ ਅੱਗੇ ਨਾਲ ਵਾਧਾ ਹੋਇਆ ਕੌਡੀ ਪਾਉਣ ਵਾਸਤੇ ਚੱਗਾ ਚੱਗਾ ਮੀਲ ਵਾਲਾ ਉਸਤਾਦ ਜਫਰੀ ਦਾ ਬੱਬਰ ਸ਼ੇਰ ਕੌਡੀ ਦਾ ਕਿੰਗ ਜਾਫੀ ਵੇਖਦੇ ਹਾਂ ਕਿਹੜਾ ਖੜਦਾ ਨੰਬਰ ਨੰਬਰ ਲਾਲ ਕੱਛੀ ਵਾਲੇ ਦਾ ਰੈਫਰੀ ਸਾਡਾ ਚੌਧਰੀ ਸ਼ਾਦਾ ਟੋਗਰ ਔਰ ਰਾਣਾ ਅਸਦੁੱਲਾ ਭੁੱਖਪੁਰੇ ਤੋਂ ਚੱਲ ਸ਼ੇਰਾ ਪਾ ਕਬੱਡੀ ਬਾਅਦ ਸੁੱਖਾਂ ਦੀ ਤਵੀ ਕੁੜੀ ਚੱਲ ਅੱਗੇ ਨਾਲ ਵਾਧਾ ਹੋਇਆ ਬਰਾਰ ਕਮਾਂਡੋ ਆ ਕਮਾਂਡੋ ਦੇ ਨਾਂ ਤੇ ਜਾਣਿਆ ਜਾਂਦਾ ਪੁੱਤਰ ਆ ਧੰਨ ਧੰਨ ਕਰਵਾਈ ਹੋਈ ਹੈ ਆ ਪੂਰਾ ਬੋਕਦਾ ਆ ਜਾਫੀਆਂ ਦੇ ਸਾਹ ਗਾਏ ਹੋਏ ਆ ਆ ਪੂਰੀ ਧੂਰੀ ਪੰਦਾ ਵੇਖਦੇ ਆ ਕੀ ਕਰਦਾ ਬੱਟ ਆ ਬੱਟ ਆ ਤਾਂ ਚੀਚੀ ਨੂੰ ਛੱਡਦੇ ਤੂੰ ਤਾਂ ਗਿੱਟਾ ਫੜਾਤਾ ਨੰਬਰ ਬੱਟ ਨੰਬਰ ਟੀਮੀ ਕੱਛੇ ਨਾਲ ਦਾ ਚੱਲ ਸ਼ੇਰਾ ਬਾਟ ਬੱਡੀ ਹਾਂਜੀ ਆ ਜਾਓ ਯਾਰ ਇਸ ਤੋਂ ਬਾਅਦ ਪਤਲੀਆਂ ਟੀਮਾਂ ਵੱਡੀਆਂ ਟੀਮਾਂ ਗਰਾਊਂਡ ਚ ਆ ਜਾਓ ਛੇਤੀ ਇਸ ਤੋਂ ਬਾਅਦ ਵੱਡੀਆਂ ਟੀਮਾਂ ਗਰਾਊਂਡ ਚ ਆ ਜਾਓ
ਵੱਡੇ ਮੈਚ ਵਾਸਤੇ ਵੱਡੀਆਂ ਟੀਮਾਂ ਗਰਾਊਂਡ 'ਚ ਆ ਕੇ ਛੇਤੀ ਕਿੱਟ ਕਰਕੇ ਵੱਡੀਆਂ ਟੀਮਾਂ ਚੀਮਾ ਚੱਕ ਕਬੱਡੀ ਕਲੱਬ ਤੇ 263 ਕਬੱਡੀ ਕਲੱਬ ਆ ਜਾਓ ਦੋਨੋਂ ਟੀਮਾਂ ਵੱਡੇ ਮੈਚ ਵਾਸਤੇ ਕਿੱਟ ਕਰਕੇ ਗਰਾਊਂਡ 'ਚ ਆ ਜਾਓ। ਚੱਲ ਵੀ ਆ ਗਿਆ ਇੱਧਰਲੇ ਬਣੇ ਮੁੰਡਾ ਖੇਡ ਮੈਦਾਨ ਦੇ ਵਿੱਚ ਲਹਿਰੀ ਸ਼ਾਹ, ਲਹਿਰੀ ਸ਼ਾਹ ਆ ਗਿਆ ਉਸਤਾਦ ਜਵੇਦ ਦਾ ਬੱਬਰ ਸ਼ੇਰ ਸ਼ਹੀਨ ਕਬੱਡੀ ਕਲੱਬ ਦਾ ਔਰ ਦੇਖਾਂਗੇ ਕਾਸਮ ਪੱਟੀ ਲੱਗ ਗਿਆ ਕਾਸਮ ਪੱਟੀ ਤਾਂ ਲਹਿਰੀ ਸ਼ਾਹ ਪੱਟੀ ਤਾਂ ਸ਼ਾਹ ਆਏ ਹਾਏ ਆ ਸਦਕੇ ਪੱਟੀ ਦੀਆਂ ਤਰਾਈਆਂ ਪੱਟੀ ਦੀਆਂ ਤਰਾਈਆਂ ਪੀਆ ਸਾਗੜਾ ਦਾ ਬੋਰਾ ਕਬੱਡੀ ਪਾਏਗਾ ਇਧਰਲੇ ਬਣੇ ਖੇਡ ਮੈਦਾਨ ਦੇ ਵਿੱਚ ਚਿੱਟੇ ਰੰਗ ਵੀ ਪਾਈ ਗਈ ਨੁੱਕਰ ਔਰ ਮੇਰੇ ਖੜੇ ਚਾਪੀ ਚਾਰ ਆ ਲੱਗ ਗਿਆ ਮੁੰਡਾ ਪਣੀ ਦੇ ਜੇਬੀ ਲੱਗ ਗਿਆ ਜੇਬੀ ਔਰ ਜੇਬੀ ਨੇ ਇੱਧਰ ਵੀ ਮੁੰਡਾ ਬਹੁਤ ਤਕਨੀਕੀ ਪੂਰਾ ਮੁੰਡਾ ਤਕਨੀਕ ਮੁੰਡੇ ਦੇ ਪੂਰੀ ਹੈ ਔਰ ਜੇਬੀ ਦੀ ਪੂਰੀ ਟਰਾਈ ਕਰ ਰਿਹਾ ਮੁੰਡਾ ਦੇਖਾਂਗੇ ਕਿੱਦਾਂ ਕਰ ਲਿਆ ਕੈਚ ਔਰ ਮੁੰਡਾ ਢਾ ਕੇ ਬਲ ਉੱਤੇ ਬਹਿ ਗਿਆ ਹਾਂਜੀ ਥੱਲੇ ਰੱਖ ਲਿਆ ਔਰ ਸਦਕੇ ਪੁਆਇੰਟ ਹੋ ਗਿਆ ਸਮੇਂ ਜੇਬੀ ਦੇ ਖਾਤੇ ਆ ਜਾਓ ਬਾਈ ਤੇਰੀਆਂ ਟੀਮਾਂ ਗਰਾਊਂਡ 'ਚ ਆ ਕੇ ਛੇਤੀ ਇਤਨੀਆਂ ਟੀਮਾਂ ਚਲਦੇ ਜਲਦ ਬਾਈ ਗਰਾਊਂਡ ਦੇ ਵਿੱਚ ਆ ਗਏ ਔਰ ਇਧਰਲੇ ਦਿਨ ਸਾਡਾ ਭਰਾ ਸੁਪਰ ਸਟਾਰ ਕਬੱਡੀ ਖਿਡਾਰੀ ਦੇਸ਼ਾਂ ਵਿਦੇਸ਼ਾਂ ਨੂੰ ਜਾ ਕੇ ਇਸ ਧਰਤੀ ਦਾ ਨਾਮ ਉੱਚਾ ਕੀਤਾ ਫਖਰੇ ਟਿਚਕੋਰ ਸਾਡਾ ਭਰਾ ਜਨਾਬ ਸਰਦਾਰ ਜ਼ੁਰਤਨ ਲੈਨ ਟੋਗਰ ਜਨਾਬ ਇਹ ਪੂਰੀ ਚਾਸ ਲਾ ਰਿਹਾ ਜਨਾਬ ਸਾਡਾ ਭਰਾ ਜਨਾਬ ਪੁੱਜਿਆ ਸਾਡੇ ਗਰਾਊਂਡ ਦੇ ਵਿੱਚ ਸ਼ਾਨਾ ਡਾਕਟਰ ਨਈਮ ਖਾਨ ਪਠਾਨ ਔਰ ਉਸਤਾਦ ਇਸ਼ਤਿਆਕ ਸ਼ਾਮੀ ਸਾਹਿਬ ਜਨਾਬ ਜਿੰਨੇ ਵੀ ਸਾਡੇ ਹੋਰ ਖਿਡਾਰੀ ਪੁੱਜੇ ਆ ਜਨਾਬ ਸਾਰਿਆਂ ਨੂੰ ਦਿਲ ਦੀਆਂ ਡੂੰਘੀਆਂ ਬਾਹਾਂ ਦੇ ਜਨਾਬ ਵੈਲਕਮ ਸਤ ਬਿਸਮਿਲਾ ਇੱਧਰਲੇ ਬੰਨੇ ਆਓ ਦੇਖਾਂਗੇ ਪੱਟ ਆ ਜਾਂਦੇ ਪੱਟ ਪਿਆਰ ਦਾ ਕਰ ਗਿਆ ਪਾਤਾ ਅਗਲੀ ਜੋੜ ਤੇ ਮੁੰਡਾ ਫਿਰ ਆਏਗਾ ਕਹਿੰਦੇ ਇੱਧਰਲੇ ਬੰਨੇ ਧਰਤੀ ਮਾਂ ਨੂੰ ਟੋਕ ਕੇ ਮੱਥਾ ਮਾਰੇਗਾ ਪੱਟਾਂ ਦੇ ਥਾਪੀਆਂ ਆ ਗਿਆ ਲਹਿਰੀ ਸ਼ਾਹ ਕਿ ਪੱਟਾਂ ਦੇ ਨਾਲ ਪੱਟ ਨੇ ਖੇਡੇ ਬਈ ਪੈਰ ਵਾਲੇ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਆ ਗਿਆ ਲਹਿਰੀ ਸ਼ਾਹ ਬਿਜਕੋਟ ਵਾਲਾ ਔਰ ਹਾਂਜੀ ਜ਼ੈਨ ਕਿੰਗ ਔਰ ਕਿੰਗ ਨੇ ਪ੍ਰਿੰਟ ਛੇੜ ਲਿਆ ਪ੍ਰਿੰਟ ਲੱਗ ਗਿਆ ਜ਼ੈਨ ਕਿੰਗ ਇੱਕ ਨਵਾਸ ਕਿੰਗ ਦਾ ਜਿਹੜਾ ਟਾਪ ਦਾ ਜਾਫੀ ਪਾਕਿਸਤਾਨ ਦੀ ਧਰਤੀ ਦਾ ਔਰ ਇੱਧਰਲੇ ਬੰਨੇ ਆ ਜਾਂਦੇ ਮੁੰਡਾ ਸ਼ਾਹ ਇਸ ਸਮੇਂ ਲੱਖਾਂ ਦਾ ਪਿਆਰ ਆਪਣੀ ਟੀਮ ਦੇ ਖਾਤੇ ਜੋੜ ਚੁੱਕੇ ਆ ਪੁਆਇੰਟ ਇਸ ਸਮੇਂ ਹੋ ਗਿਆ ਸ਼ਹੀਨ ਕਬੱਡੀ ਕਲੱਬ ਦੇ ਖਾਤੇ ਯਾਰ ਆ ਜਾਓ ਬਾਈ ਕਲੀਆਂ ਟੀਮਾਂ ਆ ਗਏ ਇਹਦੀ ਟੀਮ ਆ ਰਹੀ ਹੈ 263 ਦੀ ਹਾਂਜੀ 263 ਰੇਟ ਦੇ ਭੁੱਖ ਗਰੇ ਦੀ ਟੀਮ ਆ ਰਹੀ ਹੈ ਸਭ ਤੋਂ ਅੱਗੇ ਲੱਗਾ ਹੋਇਆ ਮੀਆਂ ਮਾਗੂ ਬੇਟਾਂ ਦੀ ਕਬੱਡੀ ਦਾ ਟੌਪ ਦਾ ਕਬੱਡੀ ਖਿਡਾਰੀ ਇਸ ਦੇ ਪਿੱਛੇ ਆ ਗਿਆ ਮੁੰਡਾ ਉਸ ਤੋਂ ਪਿੱਛੇ ਆ ਗਿਆ ਬਾਈ ਭੱਟੀ ਅਰਦਾਸ ਭੱਟੀ ਆ ਗਿਆ ਖੇਡ ਮੈਦਾਨ ਦੇ ਵਿੱਚ ਉਸ ਤੋਂ ਪਿੱਛੇ ਪਿੱਛੇ ਬਾਈ ਇੱਕ ਵਾਰੀ ਮੁੰਡਿਆਂ ਵਾਸਤੇ ਤਾੜੀ ਹੋਣੀ ਚਾਹੀਦੀ ਹੈ ਬਾਈ ਕਮੇਟੀ ਦੀ ਟੀਮ ਆਈ ਹੈ ਗਰਾਊਂਡ ਦੇ ਵਿੱਚ ਸਾਰੇ ਮੁੰਡਿਆਂ ਵਾਸਤੇ ਤਾੜੀ ਮਾਰ ਦੇ ਆ ਗਿਆ ਫਜ਼ਾਲੀ ਬੰਦੇ ਮਾਰ ਕਾਲੇ ਪਜੱਤਰ ਦੀ ਧਾਤੀ ਹੈ ਮਾਸਟਰ ਰਿਆਜ਼ ਸਾਹਿਬ ਦਾ ਸ਼ਗਿਰਦ ਹੈ ਬਲਾਲ ਕਮਾਂਡੋ ਦਾ ਭਰਾ ਔਰ ਆ ਗਿਆ ਸਮੇਂ ਚੱਲਣਗੇ ਬਾਜੀ ਪਹਿਲੀ ਰੇਡ ਪੈ ਗਈ ਇੱਕ ਵਾਰੀ ਤਾੜੀਆਂ ਮਾਰੋ ਛੋਟੇ ਮੁੰਡਿਆਂ ਦਾ ਮੈਚ ਹੋ ਰਿਹਾ ਪਹਿਲੀ ਰੇਡ ਪੈ ਗਈ ਇੱਕ ਵਾਰੀ ਟਕਾ ਕੇ ਤਾੜੀ ਮਾਰੋ ਚੱਲ ਵੀ ਆ ਗਿਆ ਰੇਡ ਤੋਂ ਰੋੜਾ ਸਫਿਆਰ ਬੱਬਰ ਸ਼ੇਰ ਪਹਿਲੀ ਰੇਡ ਪੈ ਗਈ ਹੈ ਔਰ ਆਊਟਰ ਨੇ ਬੰਨੇ ਨੂੰ ਜਾਫੀ ਨੇ ਜਿਹੜੇ ਟਰਾਈ ਕਰ ਲਈ ਹੈ ਦੇਖਾਂਗੇ ਕੀ ਬਣੇਗਾ ਹਾਂਜੀ ਔਰ ਜਾਫੀ ਨੇ ਟਰਾਈਆਂ ਕਰ ਰਿਹਾ ਪੂਰੀਆਂ ਔਰ ਦੇਖਾਂਗੇ ਰਹਿਣੇ ਹਮਜ਼ਾ ਦੀ ਬਿਸਲ ਦੱਸੇਗੀ ਨਹੀਂ ਹਮਜ਼ਾ ਦੀ ਕਿ ਪੁਆਇੰਟ ਕਿਹੜਾ ਹਾਂਜੀ ਪੁਆਇੰਟ ਜਾਫੀ ਦਾ ਪਹਿਲਾ ਪੁਆਇੰਟ ਹੋ ਗਿਆ ਕਹਿੰਦੇ ਇਸ ਸਮੇਂ ਜਾਫੀ ਦੇ ਖਾਤੇ ਅਗਲੀ ਰੇਡ ਤੇ ਆ ਗਿਆ ਚੱਲ ਵੀ ਇੱਧਰਲੇ ਬੰਨੇ ਆ ਗਿਆ ਫਿਰ ਮੁੰਡਾ ਖੇਡ ਮੈਦਾਨ ਦੇ ਵਿੱਚ ਔਰ ਬਾਕੀ ਸਾਡਾ ਬਾਈ ਦਸੂਵੀ ਮਿਆਣੀ ਵਾਲਾ ਬਾਈ ਰੈਫ ਕਰ ਰਿਹਾ ਇੱਧਰਲੀ ਸੜਕ ਔਰ ਰਾਣਾ ਫਰੀਦ ਇਹ ਆਓ ਦੇਖਾਂਗੇ
ਤਾੜੀ ਯਾਰ ਛੋਟੇ ਮੁੰਡੇ ਆਸ ਇੱਕ ਵਾਰੀ ਤਾੜੀ ਮਾਰੋ। ਤਕਨੀਕ ਮੁੰਡੇ ਦੀ ਤਗੜੀ ਹੈ ਔਰ ਲਾਗੀ ਵੀ ਤਗੜੀ ਹੈ ਮੁੰਡੇ ਦੀ ਔਰ ਪੂਰੀ ਤਕਨੀਕ ਲਾਈ ਹੈ ਮੁੰਡੇ ਨੇ ਖੇਡ ਮੈਦਾਨ ਦੇ ਵਿੱਚ ਪੈ ਹੋ ਗਈ ਜਾਪੀ। ਬਣੇ ਲੋਕ ਦੇਖਾਂ ਫਿਰ ਕੀ ਬਣੇਗਾ। ਅਗਲੀ ਕਬੱਡੀ ਪਿਆਏਗਾ ਫਿਰ ਮੁੰਡਾ ਇੱਧਰਲੇ ਪਾਣੀ ਲੋਕ ਛੋਟਾ ਗੱਭਰੂ ਧਰਤੀ ਮਾਂ ਨੂੰ ਟੇਕਿਆ ਮੱਥਾ ਛੱਡ ਪੀ ਮੂਹਰੇ ਲੱਗੇ ਹੋਏ ਨੇ ਚਾਰ ਜਾਫੀ ਬਲਾਲ ਢਿੱਲੋਂ ਇੱਕ ਵੱਡਾ ਬਲਾਲ ਢਿੱਲੋਂ ਹੈ ਟੌਪ ਦਾ ਸਾਡਾ ਸੁਪਰ ਸਟਾਰ ਕਬੱਡੀ ਖਿਡਾਰੀ ਔਰ ਇੱਧਰਲੇ ਪਾਣੀ ਬਲਾਲ ਢਿੱਲੋਂ ਔਰ ਬਲਾਲ ਪੱਟੀ ਬਲਾਲ ਪੱਟੀ ਤਾਂ ਢਿੱਲੋਂ ਔਰ ਸੁਣ ਕੇ ਤਾੜੀ ਮਾਰੋ ਯਾਰ ਪੱਟੀ ਵਾਸਤੇ ਆ ਸਰ ਗਿਆ ਕੋਚ ਬਾਈ ਦੂਰਾ ਆ ਸਰ ਗਿਆ ਕੋਚ ਦੀਆਂ ਥਾਪੀਆਂ ਬਾਈ ਦੂਰੀਆਂ ਅੱਜ ਯਾਰਾ ਬਿੱਤੂ ਯਾਰ ਤੁਸੀਂ ਤਾਂ ਬੱਤ ਬਾਹਰ ਆ ਗਏ ਤੇ ਗਰਾਊਂਡ 'ਚ ਕੀ ਹੋ ਰਿਹਾ ਹੈ ਬਾਈ ਕੀ ਕਰਦੇ ਆ ਸਾਰੇ ਇੱਥੇ ਮੇਰੇ ਬੰਦੇ ਦੇ ਚਾਰੇ ਬਾਹਰ ਆ ਗਏ ਚੱਲ ਵੀ ਆ ਗਿਆ ਰਾਣਾ ਹਸਨ ਆ ਗਿਆ ਰਾਣਾ ਹਸਨ ਖੇਡ ਮੈਦਾਨ ਦੇ ਵਿੱਚ ਔਰ ਦੇਖਾਂਗੇ ਉਧਰੋਂ ਜਾਪੀ ਨੇ ਜੀ ਪੁਆਇੰਟ ਪੱਤਰਵਾ ਪੁਆਇੰਟ ਖੋਲਿਆ ਅਰੇਟਰ ਨੇ ਖਾਤੇ ਅਗਲੀ ਕਬੱਡੀ ਪਾਏਗਾ ਫਿਰ ਮੁੰਡਾ ਚੱਲ ਪੀ ਇੱਧਰਲੇ ਪਹਿਲੇ ਫਿਰ ਕਬੱਡੀ ਪਾ ਰਿਹਾ ਚਲੋ ਕੋਈ ਗੱਲ ਨਹੀਂ ਪਤਾ ਨਾਸ ਜੀ ਇੱਧਰ ਫਿਰ ਕਬੱਡੀ ਪਾਏਗਾ ਕਹਿੰਦੇ ਅਨੂ ਪੱਪਰ ਸ਼ੇਰ ਚੱਲ ਪੀ ਔਰ ਦੇਖਾਂਗੇ ਰਾਣਾ ਫਰਹਾਨ ਲੱਗ ਗਿਆ ਰਾਣਾ ਫਰਹਾਨ ਆਓ ਸਦਕੇ ਆ ਤਾੜੀ ਮਾਰੋ ਇਹ ਕਬੱਡੀ ਦੀ ਪਨੀਰੀ ਹੈ ਛੋਟੇ ਮੁੰਡੇ ਇਹ ਪੂਰੀ ਚੱਸਦੇ ਨੇ ਪਾਵੇ ਪਾਵੇ ਧੱਕਾ ਸਾਰਾ ਇੱਥੇ ਪਾ ਦੋ ਲੈ ਫਰਹਾਨ ਦੇ ਖਾਤੇ ਚੱਲ ਵੀ ਆ ਗਿਆ ਸੁਖਵਾਨ ਪੁੱਤਰ ਸ਼ੇਰ ਰਾਜਪੂਤ ਔਰ ਦੇਖਾਂਗੇ ਪੂਰੇ ਹਮਜ਼ਾ ਦੀ ਦੂਸਰੇ ਦੇ ਇਹ ਡਬਲ ਟੱਚ ਹੋ ਗਿਆ ਪੁਆਇੰਟ ਹੋ ਗਿਆ ਜੀ ਕਪੱਟਰ ਦਾ ਪੁਆਇੰਟ ਕਪੱਟਰ ਦੇ ਖਾਤੇ ਚੱਲ ਵੀ ਇੱਧਰਲੇ ਬਣੇ ਆ ਗਿਆ ਫਿਰ ਖੇਡ ਮੈਦਾਨ ਦੇ ਵਿੱਚ ਔਰ ਕੁਤਰੀਆਂ ਟੀਮਾਂ ਬਾਈ ਰੈਡੀ ਹੋ ਜਾਓ ਇੱਧਰਲੇ ਮੈਚ ਵਾਸਤੇ ਇਸ ਤੋਂ ਬਾਅਦ ਕੁਤਰੀਆਂ ਟੀਮਾਂ ਜੀ ਇੱਧਰਲੇ ਬਣੇ ਲੱਗ ਗਿਆ ਜਿਹੜੇ ਰਾਣਾ ਫਰੀਦ ਲੱਗ ਗਿਆ ਰਾਣਾ ਫਰੀਦ ਔਰ ਦੇਖਾਂਗੇ ਪੁਆਇੰਟ ਹੋ ਗਿਆ ਜੀ ਜਾਪੀ ਦਾ ਪੁਆਇੰਟ ਹੋ ਗਿਆ ਕਹਿੰਦੇ ਜਾਪੀ ਦੇ ਖਾਤੇ ਅਗਲੀ ਕਬੱਡੀ ਫਿਰ ਕੌਣ ਪਾਏਗਾ ਜੀ ਰਾਣਾ ਸੁਲੇਮਾਨ ਚੱਲ ਵੀ ਰਾਣਾ ਸੁਲੇਮਾਨ ਲੋਕ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪਾ ਰਹੇ 263 ਦੀ ਧਰਤੀ ਔਰ ਅੱਜ ਇਸ ਕਬੱਡੀ ਮੇਲੇ ਦਾ ਆਖਰੀ ਦਿਨ ਤੀਜਾ ਦਿਹਾੜਾ ਔਰ ਅੱਜ ਇਨਸ਼ਾਅੱਲਾ ਦੋ ਤਗੜੇ ਮੁਕਾਬਲੇ ਇਨਸ਼ਾਅੱਲਾ ਦੇਖਣ ਨੂੰ ਮਿਲਣਗੇ ਉਹ ਆਓ ਦੇਖਾਂਗੇ ਬਹੁਤ ਬਹੁਤ ਬੜਾ ਜੀ ਸ਼ਿਰਾ ਪਾ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ ਤੇ ਗੱਭਰੂ ਪਤਮਾਵਾਂ ਸ਼ੀੜੀਆਂ ਦੇ ਕੋਈ ਨੀ ਲੱਗਦਾ ਕਿਸੇ ਨਾਲੋਂ ਘੱਟ ਵੇਖੋ ਕਿਸੇ ਟੋਲੇ ਤੇ ਸ਼ੇਰ ਖਟਵਾ ਲਿਆ ਜੀ ਕਿਸੇ ਪੱਟ ਤੇ ਬਣਾ ਲਿਆ ਸੱਪ ਵੇਖੋ ਔਰ ਉੱਧਰ ਕਹਿੰਦੇ ਮੱਛੀ ਦੀ ਬਹਿਣ ਦੇਣੀ ਜਾਪੀ ਕਹਿੰਦੇ ਰਖਾਵਾਂਗੇ ਤੱਕ ਵੇਖੋ ਔਰ ਉੱਧਰ ਕਹਿੰਦੇ ਮੇਰੀ ਰੋਕਤਾ ਜੀ ਰਾਣਾ ਹਸਨ ਹਸਦੀ ਮੇਰਾ ਆਓ ਮਾਰਾ ਪਸਾ ਆਓ ਸੱਪ ਨਾ ਬੰਦੇ
ਤਾਂ ਚੀਜ਼ ਨਹੀਂ ਛੱਡਦੇ, ਤੂੰ ਤਾਂ ਗਿੱਟਾ ਫੜਾਤਾ, ਤੂੰ ਤਾਂ ਗਿੱਟਾ ਫੜਾਤਾ ਲੱਗਦੇ ਹੋਏ ਅਗਲੀ ਰੋਡ ਪਾਉਣ ਵਾਸਤੇ ਬੀਬੀ ਪੁੱਤਰ ਸੋਹਣਾ ਜਿਹਾ ਪੁੱਤਰ ਛਿੜਕਾ ਜਿਸਮ ਅੱਗੇ ਚਾਰ ਚਾਰ ਬਿਲਕੁਲ ਤਿਆਰ, ਅਸੀਂ ਇੱਕ ਨਹੀਂ ਦੋ ਨਹੀਂ ਅਸੀਂ ਚਾਰ ਹਾਂ ਭਰਾ, ਜਿੰਨੀ ਤੇਰਾ ਤੇਲੀ ਤੂੰ ਹੱਥ ਠੋਸ ਨਹੀਂ ਲਾ, ਉਹ ਕਿੱਟਾ ਪੁੱਟਿਆ ਉਹ ਮੁੰਡੇ ਨੇ ਲਾ ਲਿਆ ਗੱਲ ਉਹ ਖਿੱਚ ਲਿਆ, ਉਹ ਦੇਖਦਾ ਕਿਹੜਾ ਖਰਚਾ ਨੰਬਰ ਉਹ ਪੁੱਤਰ ਹੱਥ ਅੱਤ ਕੀ ਨਾਲ ਚੱਲ ਸ਼ਰਾਬਾਤ ਵੱਡੀ ਗੱਲ ਚ ਸੁੱਖਾ ਦੀ ਤਵੀਤੀ ਸਫਿਆਨ ਰਾਣਾ ਸਫਿਆਨ ਰਾਣੇ ਦਾ ਪੁੱਤਰ ਅੱਗੇ ਨਾਲ ਨਿਕਲੇ ਦੇਖਦੇ ਆ ਕੀ ਕਰਦੇ ਆ, ਦੋਵਾਂ ਨੇ ਪਾਈ ਆ ਤਵੀਤੜੀ ਵੇਖੋ, ਹਾਏ ਮੇਰਾ ਰੱਬਾ ਹਾਏ ਮੇਰਾ ਰੱਬਾ, ਨੰਬਰ ਤਵੀਤੜੀ ਆਏਗਾ ਰਾਣਾ ਕਮਲ ਦਾ ਬੱਬਰ ਸ਼ੇਰ ਅੱਗੇ ਚਾਦਰ ਕੰਬੇ ਦੀ ਨਿਕਲ ਪਾਈ ਹੋਈ ਆ ਮੁੰਡੇ ਨੇ ਵੇਖਦੇ ਕੀ ਕਰਦੇ ਆ, ਗਿੱਟੇ ਤੇ ਪੱਟੀ ਹੋਈ ਆ ਰਾਣਾ ਭਰਾ ਆਏ ਕਿੰਗ ਲੱਗ ਗਿਆ ਉਹ ਕਿੰਗ ਸ਼ੇਰਾ ਮੇਰੇ ਮੂਰੇ ਇਹ ਵੀ ਰਾਣੇ ਕਮਲ ਦਾ ਪੁੱਤਰ ਆ, ਰਾਣਾ ਕਮਲ ਕੀ ਖਵਾਇਆ ਮੁੰਡਿਆਂ ਨੂੰ, ਆਹ ਚਾਰਾ ਪੁੱਤਰਾਂ ਨੂੰ ਕਹਿੰਦਾ ਪਲੇਅਰ ਬਣਾਉਣਾ ਮੇਰੇ ਮੂਰੇ ਬਲਾਰ ਬੇਸ਼ਕ ਢਿੱਲੋ ਉਹ ਸੋਨੇ ਦੇ ਪਾਸੇ ਵਾਲਾ ਜੱਟ ਆਈ ਤੇ ਸਿਖਰਾਂ ਤੇ ਬੋਲਦੀ ਜਵਾਨੀ ਜੱਟ ਦੀ, ਐਵੇਂ ਤਾਂ ਨੀ ਦੁਨੀਆਂ ਜਵਾਨੀ ਜੱਟ ਦੀ ਆਵੇ ਜੀ ਇਸ ਤੋਂ ਬਾਅਦ ਤੁਸੀਂ ਯਾਰ ਇਹਨਾਂ ਨੂੰ ਬੰਦਿਆਂ ਨੂੰ ਬਾਹਰ ਤਾਂ ਕੱਢੋ, ਕੀ ਗੱਲ ਹੈ ਯਾਰ ਅੱਗੇ ਤੋਂ ਆ ਰਹੇ ਪੈਂਦੇ ਸਾਰੇ ਵਿੱਚ ਆ ਜਾਓ ਯਾਰ ਸਾਰੇ, ਹਾਂਜੀ ਮਿਹਰਬਾਨੀ ਕਰਨੀ ਆ ਸਾਰੇ ਬਈ ਰੱਬ ਨਵਾਜ਼ ਸਾਹਿਬ ਬੰਦੇ ਬਾਹਰ ਕੱਢੋ ਐਕਸਟਰਾ ਜਿਹੜੇ ਗਰਾਊਂਡ 'ਚ ਆ ਰਹੇ ਕਰਦੇ ਕਰਦੇ ਉਹਨਾਂ ਨੂੰ ਪਿੱਛੇ ਕਰਦਾ, ਔਰ ਅੱਜ ਇਹ ਫੱਟਿਆ ਸੱਜਾ ਹੋਇਆ ਤਕੜਾ ਕਬੱਡੀ ਮੇਲਾ ਰਾਣਾ ਆਫਤਾਬ ਕਬੱਡੀ ਟੂਰਨਾਮੈਂਟ, ਰਾਣਾ ਆਫਤਾਬ ਮਰਹੂਮ ਮੈਮੋਰੀਅਲ ਕਬੱਡੀ ਟੂਰਨਾਮੈਂਟ ਅੱਜ ਦੋਸਤੋ ਕ੍ਰੇਟ ਰੋਬੋਟ ਜਗੋੜ ਦੀ ਇਸ ਧਰਤੀ ਦੇ, ਔਰ ਸ਼ੁਕਰੀਆ ਅਦਾ ਕਰਾਂਗੇ ਇਨਸ਼ਾਲਾ ਅੱਜ ਦੇ ਸਾਡੇ ਚੇਚੇ ਪੁਰਾਣੇ ਚੰਗ ਦੌਰ ਤੋਂ ਬਾਅਦ ਇਨਸ਼ਾਲਾ ਤਸ਼ੀਫ ਲੈ ਕੇ ਆ ਰਹੇ ਰਾਣਾ ਇਫਤਖਾਰ ਸਾਹਿਬ, ਇਨਸ਼ਾਲਾ ਚੰਗ ਦੌਰ ਤੋਂ ਬਾਅਦ ਸਾਡੇ ਸਟੇਜ ਦੇ ਉੱਪਰ ਤਸ਼ੀਫ ਲੈ ਕੇ ਆਉਣਗੇ ਰਾਣਾ ਹਸਨ ਅਸ਼ਰਫ ਸਾਹਿਬ, ਇਨਸ਼ਾਲਾ ਵੀ ਤਸ਼ੀਫ ਲੈ ਕੇ ਆ ਰਹੇ ਆ, ਔਰ ਮੁਬਾਰਕਾਂ ਦੇ ਮੁਸਤਹਿਕ ਨੇ ਸਾਡੇ ਜਨਾਬ ਚੀਫ ਆਰਗਨਾਈਜ਼ਰ ਸਰਪ੍ਰਸਤੀ ਵਾਲਾ ਸਾਡੇ ਇਸ ਕਬੱਡੀ ਟੂਰਨਾਮੈਂਟ ਦੇ ਸਾਡੇ ਪ੍ਰਬੰਧਕ ਜਿਨ੍ਹਾਂ ਨੇ ਪ੍ਰਬੰਧ ਕੀਤਾ ਅੱਜ ਇਸ ਟੂਰਨਾਮੈਂਟ ਦਾ, ਜਨਾਬ ਟੂਰਨਾਮੈਂਟ ਕਮੇਟੀ ਕੋਚ ਜਨਾਬ ਰਾਣਾ ਅਸਰ ਸਾਹਿਬ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਾਂਗੇ, ਰਾਣਾ ਰਤਨ ਦਾਸ ਸਾਹਿਬ ਉਹਨਾਂ ਦਾ ਵੀ ਸ਼ੁਕਰੀਆ, ਰਾਣਾ ਅਵੈਸ ਸਾਹਿਬ, ਰਾਣਾ ਸਰਮਾ ਸਾਹਿਬ ਔਰ ਰਾਣਾ ਹਸਨੈਨ ਨੰਬਰਦਾਰ ਉਹਨਾਂ ਦਾ ਵੀ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ, ਜਿੰਨੀ ਵੀ ਸਾਡੀ ਟੂਰਨਾਮੈਂਟ ਕਮੇਟੀ ਆ ਆਓ ਜੀ ਮਿਹਰਬਾਨੀ ਕਰਨੀ ਹੈ ਹੁਣ ਜਨਾਬ ਇਸ ਤੋਂ ਬਾਅਦ ਜਿਹੜਾ ਮੈਚ ਹੋਣਾ ਨਾ ਜਗੋਟ ਔਰ 263 ਦੋਨੋਂ ਟੀਮਾਂ 65 ਕਿਲੋ ਦੀਆਂ ਕਿੱਟ ਕਰਕੇ ਗਰਾਊਂਡ ਦੇ ਵਿੱਚ ਆ ਗਏ, ਟਾਈਮ ਕਾਫੀ ਹੋ ਗਿਆ,
ਦੋਵੇਂ ਟੀਮਾਂ ਬਾਈ ਟੀਮਾਂ ਨੇ ਸਿਰਫ 5 ਮਿੰਟ ਦਾ ਟਾਈਮ ਹੈ, ਦੋਵੇਂ ਟੀਮਾਂ ਗਿੱਟ ਕਰਕੇ ਗਰਾਊਂਡ ਦੇ ਵਿੱਚ ਆ ਜਾਓ। 263 ਭੁੱਖਪੁਰਾ ਐਂਡ ਪਚਕੋਟ ਕਬੱਡੀ ਕਲੱਬ, ਦੋਵੇਂ ਟੀਮਾਂ ਸਿਰਫ 5 ਮਿੰਟ ਦਾ ਟਾਈਮ ਹੈ, ਗਿੱਟ ਕਰਕੇ ਗਰਾਊਂਡ 'ਚ ਆ ਜਾਓ। ਔਰ ਇਸ ਤੋਂ ਬਾਅਦ ਜਿਹੜੀ ਵੱਡੀ ਟੱਕਰ ਹੋਣੀ ਆਲ ਓਪਨ ਕਬੱਡੀ ਮੈਚ ਹੋਣਾ, ਚੀਮਾ ਕਬੱਡੀ ਕਲੱਬ ਔਰ 263 ਮਿਹਰਬਾਨੀ ਕਰਨੀ ਹੈ ਕਿ ਟੀਮਾਂ ਵੱਡੀਆਂ ਰੈਡੀ ਰਹਿਣਾ ਵਾ, ਔਰ 65 ਕਿਲੋ ਵਾਸਤੇ ਦੋਵੇਂ ਟੀਮਾਂ ਰੈਡੀ ਹੋ ਕੇ ਗਰਾਊਂਡ ਦੇ ਵਿੱਚ ਆ ਜਾਓ। 65 ਕਿਲੋ ਦੀਆਂ ਦੋਵੇਂ ਟੀਮਾਂ, ਇਹ ਸਿਰਫ 5 ਮਿੰਟ ਦਾ ਟਾਈਮ ਹੈ, ਦੋਵੇਂ ਟੀਮਾਂ ਗਿੱਟ ਕਰਕੇ ਗਰਾਊਂਡ ਦੇ ਵਿੱਚ ਆ ਜਾਓ। ਇਹ ਮੈਚ ਆਪਾਂ ਉਦੋਂ ਹੀ ਮੁਕਾ ਦੇਣਾ ਜਦੋਂ ਟੀਮਾਂ ਆ ਗਈਆਂ, ਇਸ ਕਰਕੇ ਮਿਹਰਬਾਨੀ ਕਰ ਰਹੀ ਹੁਣ ਦੋਵੇਂ ਟੀਮਾਂ 65 ਕਿਲੋ ਦੀਆਂ ਟਿਕਬੋਧ ਔਰ 263 ਭੁੱਖਪੁਰਾ, ਦੋਵੇਂ ਟੀਮਾਂ ਰੈਡੀ ਹੋ ਕੇ ਗਰਾਊਂਡ ਦੇ ਵਿੱਚ ਆ ਜਾਓ। ਇੱਧਰਲੇ ਬੰਨੇ ਆਓ, ਦੇਖਾਂਗੇ ਲੋ ਜਵਾਨੀਆਂ ਧੱਕਣ ਧੱਕੀ, ਇਹ ਛੋਟੇ ਮੁੰਡੇ ਕਬੱਡੀ ਦੀ ਪਨੀਰੀ ਹੈ ਬਾਈ, ਔਰ ਇਨਸ਼ਾਲਾ ਇਹਨਾਂ ਦੇ ਵਿੱਚੋਂ ਹੀ ਫਿਰ ਵੱਡੇ ਸਟਾਰ ਬਣਨੇ ਇਨਸ਼ਾਲਾ, ਜਿਹਨਾਂ ਨੇ ਜਨਾਬ ਉੱਤਲੇ ਲੈਵਲ ਤੇ ਜਾ ਕੇ ਬਾਈ ਧੂਰਾ ਪੱਟਣੀਆਂ ਔਰ ਸਲਾਕੇ ਦਾ ਨਾਮ ਉੱਚਾ ਕਰਨਾ। ਇਹ ਬਾਈ ਕਬੱਡੀ ਦੀ ਪਨੀਰੀ ਹੈ, ਛੋਟੇ ਮੁੰਡੇ ਚੱਲ ਵੀ ਆ ਗਿਆ ਇੱਧਰਲੇ ਬੰਨੇ ਖੇਡ ਮੈਦਾਨ ਦੇ ਵਿੱਚ, ਮੁੰਡਾ ਸੋਚ ਸੋਚ ਕੇ ਧਰਤੀ ਮਾਂ ਉੱਤੇ ਪੱਪ ਧਰਦਾ ਹੋਇਆ ਕਿ ਧਰਤੀ ਦਾ ਦਿਲ ਤੱਕ ਤੱਕ ਕਰਦਾ, ਜਦ ਤੋਂ ਪਾਣੀ ਰੋੜ ਤੂੰ ਪੰਜਾਬੀ ਸੂਰਮਾ ਪੁੱਤਰ ਤੇਰੇ ਵਰਗਾ ਗੇੜ। ਔਰ ਦੇਖਾਂਗੇ ਇੱਧਰਲੇ ਬੰਨੇ ਪੁਆਇੰਟ ਦਾ ਕਰ ਗਿਆ ਇਸ ਸਮੇਂ ਵਾਧਾ, ਪੁਆਇੰਟ ਹੋਗਾ ਕਹਿੰਦੇ ਜਾਫੀ ਦੇ ਖਾਤੇ। ਔਰ ਜਨਾਬ ਸਾਡਾ ਭਾਈ ਮੀਆਂ ਹਮਜ਼ਾ ਔਰ ਜਨਾਬ ਮੀਆਂ ਮਾਠੂ, ਜਨਾਬ ਸਾਡੇ ਸੁਪਰ ਸਟਾਰ ਕਬੱਡੀ ਖਿਡਾਰੀ, ਦੋਤਾਂ ਦੀ ਕਬੱਡੀ ਦੇ ਜਨਾਬ ਟੌਪ ਦੇ ਸਾਡੇ ਬਾਈ ਹੈ, ਜਨਾਬ ਅੱਜ ਵੀ ਪੁੱਜੇ ਸਾਡੇ ਗਰਾਊਂਡ ਦੇ ਵਿੱਚ। ਔਰ ਉਸ ਤੋਂ ਇਲਾਵਾ ਇਨਸ਼ਾਲਾ ਜਿੰਨੇ ਵੀ ਜਨਾਬ ਸਾਡੇ ਹੋਰ ਖਿਡਾਰੀ ਆਉਣਗੇ ਇਨਸ਼ਾਲਾ, ਉਹ ਵੀ ਇਨਸ਼ਾਲਾ ਅੱਜ ਪੂਰੀ ਪੱਲੇ ਪੱਲੇ ਗਰਾਊਂਡ ਦੇ ਅੱਜ ਜਨਾਬ ਇਸ ਧਰਤੀ ਦੇ। ਔਰ ਵੈਲਕਮ ਕਰਾਂਗੇ ਜਨਾਬ ਤਸ਼ੀਫ ਲੈ ਕੇ ਆਇਆ ਜਨਾਬ ਸਾਡਾ, ਜੀ ਜਨਾਬ ਸਾਡਾ ਸੁਪਰ ਸਟਾਰ ਕਬੱਡੀ ਖਿਡਾਰੀ ਜ਼ਿਲਕਰ ਮੈਨ ਡੋਗਰ, ਜਨਾਬ ਦਿਲ ਦੀਆਂ ਡੋਗਰ ਥਾਵਾਂ ਤੇ ਵੈਲਕਮ ਕਰਾਂਗੇ ਆਪਣੇ ਬਾਈ ਨੂੰ। ਔਰ ਨਾਲ ਨਾਲ ਜੀ ਜਨਾਬ ਕੋਚ ਉਸਤਾਦ ਇਸ਼ਤਿਆਕ ਸ਼ਾਮੀ ਸਾਹਿਬ, ਉਹਨਾਂ ਨੂੰ ਵੀ ਦਿਲ ਦੀਆਂ ਡੂੰਘੀਆਂ ਥਾਵਾਂ ਤੇ ਜੀ ਆਇਆਂ ਨੂੰ, ਖਿੜੇ ਮੱਥੇ ਖੁੱਲੀਆਂ ਬਾਹਾਂ ਸੱਤ ਬਿਸਮਿਲਾ ਨਈਮ ਖਾਨ ਪਠਾਨ, ਜਨਾਬ ਸਾਰੇ ਵੀਰਿਆਂ ਨੂੰ ਦਿਲ ਦੀਆਂ ਡੂੰਘੀਆਂ ਥਾਵਾਂ ਤੇ ਜੀ ਆਇਆਂ ਨੂੰ, ਕੋਚ ਉਸਤਾਦ ਇਸ਼ਤਿਆਕ ਸ਼ਾਮੀ ਸਾਹਿਬ ਜੀ ਆਇਆਂ ਨੂੰ, ਔਰ ਨਾਲ ਨਾਲ ਸਾਡਾ ਵੀਰ ਸਰਦਾਰ ਜ਼ੁਲਕਰ ਨੈਨ ਡੋਗਰ ਜੀ ਆਇਆਂ ਨੂੰ, ਖਿੜੇ ਮੱਥੇ ਖੁੱਲੀਆਂ ਬਾਹਾਂ ਸੱਤ ਬਿਸਮਿਲਾ ਜੀ। ਕਬੱਡੀ ਇੱਧਰਲੇ ਬੰਨੇ ਫਿਰ ਮੁੰਡਾ ਪੈਂਦਾ ਪਿਆ, ਕਬੱਡੀ 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 ਅਲਾਪਦਾ ਪਿਆ, ਸਾਹਮਣੇ ਖੜੇ ਨੇ ਜਾਫੀ ਚਾਰ, ਆਓ ਲੱਗ ਗਿਆ ਆਟੋ, ਆਟੋ ਲੱਗ ਗਿਆ ਜੀ, ਆਟੋ ਨੇ ਟਰਾਈ ਕੀਤੀ ਆ, ਕਿੱਤਾ ਕਰ ਲਿਆ ਕੈਚ, ਵੱਜਦੀਆਂ ਹੋਈਆਂ ਖਿੱਚਾਂ, ਖੁੱਚ ਪੱਟ ਲਈ ਆ, ਤਾੜੀ ਮਾਰੋ ਇੱਕ ਵਾਰੀ ਆਟੋ ਆਸੇ ਟਕਾ ਕੇ ਤਾੜੀ ਮਾਰ ਦੋ ਬਈ, ਲੱਗ ਤਗੜੀ ਹੈ ਮੁੰਡੇ ਦੀ। ਔਰ ਦੇਖਾਂਗੇ ਪੁਆਇੰਟ ਹੋਗਾ ਜੀ ਜਾਫੀ ਦਾ, ਯਾਰੇ ਬਾਈ 65 ਕਿਲੋ ਦੀਆਂ ਟੀਮਾਂ ਹੁਣ ਰੈਡੀ ਹੋ ਕੇ ਆਵੋ, 65 ਕਿਲੋ ਦੀਆਂ ਟੀਮਾਂ ਰੈਡੀ ਹੋ ਕੇ ਛੇਤੀ ਬੜਾ ਜਲਦੀ ਗਰਾਊਂਡ ਆ ਜਾਓ, ਇਹ ਸਿਰਫ ਆਖਰੀ 2 ਮਿੰਟ ਆ ਬਾਈ 65 ਕਿਲੋ ਦੀਆਂ ਟੀਮਾਂ ਨੂੰ, ਕਿਉਂਕਿ ਇਸ ਤੋਂ ਬਾਅਦ ਵੱਡਾ ਮੈਚ ਵੀ ਹੋਣਾ, ਮਿਹਰਬਾਨੀ ਕਰਨੀ ਆ 65 ਕਿਲੋ ਦੀਆਂ ਦੋਵੇਂ ਟੀਮਾਂ ਆ ਜਾਓ, 65 ਕਿਲੋ ਦੀਆਂ ਦੋਵੇਂ ਟੀਮਾਂ ਬਾਈ ਗਰਾਊਂਡ 'ਚ ਆ ਜਾਓ ਜੀ। ਸ਼ਹੀਦ ਕਬੱਡੀ ਕਲੱਬ ਪਚਕੋਟ ਔਰ 263 ਭੁੱਖਪੁਰਾ, ਇਹ ਦੋਨੋਂ ਟੀਮਾਂ ਰੈਡੀ ਹੋ ਕੇ ਮਿਹਰਬਾਨੀ ਕਰਨੀ ਗਰਾਊਂਡ ਦਾ ਰੁੱਖ ਕਰ ਲਓ, 263 ਔਰ ਸ਼ਹੀਦ ਕਬੱਡੀ ਕਲੱਬ ਜੀ, ਇੱਧਰਲੇ ਬੰਨੇ ਨੇ ਮੁੰਡੇ ਨੇ ਲਾਤਾ ਲਾਗ ਔਰ ਕਰਕੇ ਚੱਕੇ ਜਾਮ, ਔਰ ਮੀਆਂ ਮਾਠੂ ਦੀ ਵਿਸਲ ਤੇ ਪੁਆਇੰਟ ਹੋ ਗਿਆ ਜਾਫੀ ਦਾ, ਅਗਲੀ ਜੇਬ ਤੇ ਆ ਗਿਆ ਚੱਲ ਪੀ, ਇੱਧਰਲੇ ਬੰਨੇ ਆ ਗਿਆ ਫਿਰ ਕਹਿੰਦੇ ਚੱਲ ਵੀ ਆ ਗਿਆ ਰਾਣਾ ਸੁਖਿਆਨ ਪੁੱਤ ਰਾਜਪੂਤਾਂ ਦਾ, ਔਰ ਮੂਹਰੇ ਖੜੇ ਨੇ ਜਾਫੀ ਚਾਰ ਚੋਵਾਂ ਦੇ ਵਿੱਚ, ਆਓ ਲੱਗ ਗਏ ਮੁੰਡਾ ਕੰਨੀ ਦੇ, ਆਓ ਕੰਨੀ ਵਾਲੇ ਜਾਫੀ ਨੇ ਕਰ ਲਈ ਟਾਈ, ਇੱਧਰਲੇ ਬੰਨੇ ਰਾਜਪੂਤ ਮੁੰਡਾ ਤਿੱਖਾ ਪੈਰਾਂ ਦਾ ਔਰ ਚਿਕਾ ਨੀਆ, ਦੇਖਾਂਗੇ 30 ਸੈਕਿੰਡ ਦੇ ਸਮੇਂ ਦੇ ਵਿੱਚ ਅੱਜ ਪੁਆਇੰਟ 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 ਦੇ ਸੂਰ ਦੇ ਕਫੂ ਦੇ ਖਾਤੇ ਪੁਆਇੰਟ ਹੋ ਗਿਆ, ਕਬੱਡੀ ਦਾ ਪੁਆਇੰਟ ਹੋ ਗਿਆ ਰੇਟਰ ਦੇ ਖਾਤੇ, ਔਰ ਇੱਕ ਵਾਰੀ ਫਿਰ ਜਨਾਬ ਜੀ ਆਇਆਂ ਨੂੰ ਦਿਲ ਦੀਆਂ
ਹੋ ਗਿਆ ਥਾਵਾਂ ਤੇ ਮੋਸਟ ਵੈਲਕਮ ਕਰਾਂਗੇ ਜਿਹੜਾ ਸਾਡਾ ਸੁਪਰ ਸਟਾਰ ਕਬੱਡੀ ਖਿਡਾਰੀ ਜਿਹਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਉਸ ਭਾਰਤੀ ਦਾ ਨਾਮ ਉੱਚਾ ਕੀਤਾ ਸਰਦਾਰ ਸੁਲਤਾਨ ਐਂਟੋਕਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹਨਾਂ ਸਾਡੇ ਗਰਾਊਂਡ ਦੇ ਵਿੱਚ ਜਿਹੜਾ ਦੋ ਦੀਆਂ ਗੁੰਗੀਆਂ ਥਾਵਾਂ ਤੇ ਮੋਸਟ ਵੈਲਕਮ ਜੀ ਔਰ ਨਾਲ ਉਸਤਾਦ ਇਸ਼ਤਿਆਕ ਸ਼ਾਮੀ ਸਾਹਿਬ ਮੰਨਿਆ ਪ੍ਰਮੰਨਿਆ ਨਾਮ ਕਬੱਡੀ ਕੋਚਿੰਗ ਦੇ ਵਿੱਚ ਔਰ ਨਾਲ ਨਈਮ ਖਾਨ ਪਠਾਨ ਔਰ ਜਿੰਨੇ ਵੀ ਮੇਰੇ ਨਾਲ ਸੱਜਣ ਬੋਲੀ ਮਿੱਤਰ ਆਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਖੜੇ ਮੱਤੇ ਖੁੱਲੀਆਂ ਬਾਹਾਂ ਸੱਤ ਬਿਸਮਿਲਾ ਜੀ ਇੱਧਰਲੇ ਬੰਨੇ ਕਬੱਡੀ ਫਿਰ ਚੱਲ ਵੀ ਰਾਣਾ ਸਲਮਾਨ ਇੱਧਰਲੇ ਬੰਨੇ ਰਾਣੇ ਸਲਮਾਨ ਦੀ ਫਿਰ ਕਬੱਡੀ ਪਈ ਆ ਔਰ ਲੱਗ ਗਿਆ ਦੋ ਨੰਬਰ ਤੇ ਜਾਫੀ ਔਰ ਦੇਖਾਂਗੇ ਵੀ ਹਮਜ਼ੇ ਦੇ ਬਸਰ ਤੇ ਪੁਆਇੰਟ ਹੋ ਗਿਆ ਕਬੱਡਰ ਦਾ ਯਾਰ ਆ ਜਾਓ ਹੁਣ ਪੁਆਇੰਟ ਕਰੇ ਦੀਆਂ ਟੀਮਾਂ ਆ ਜਾਓ ਪੁਆਇੰਟ ਕਰੇ ਦੀਆਂ ਟੀਮਾਂ ਗਰਾਊਂਡ ਆ ਜਾਓ ਸਾਜੋ ਸਾਊਂਡ ਸਿਸਟਮ ਜਿਹਦਾ ਬਾਅਦ ਵਧਾ ਦਿਓ ਆ ਜਾਓ ਪੁਆਇੰਟ ਕਰੇ ਦੀਆਂ ਟੀਮਾਂ ਜਲਦੀ ਜਿਹੜਾ ਗਰਾਊਂਡ ਆ ਜਾਓ ਆ ਜਾਓ ਆ ਜਾਓ ਮਿਹਰਬਾਨੀ ਕਰਨੀ ਆ ਪੁਆਇੰਟ ਕਰੇ ਦੀਆਂ ਟੀਮਾਂ ਆ ਜਾਓ ਜੀ ਇੱਧਰਲੇ ਬੰਨੇ ਲੱਗ ਗਿਆ ਅਦਨਾਨ ਭੱਟੀ ਆਏ ਹੋ ਸਦਕੇ ਭੱਟੀਆ ਭੱਟੀ ਨੇ ਬਾਈ ਗੁੱਟ ਫੜ ਲਿਆ ਘੁੱਟ ਕੇ ਔਰ ਬਾਜਦੇ ਹੋਏ ਛੰਡੇ 30 ਸੈਕਿੰਡ ਦਾ ਸਮਾਂ ਦਿੱਤਾ ਹੋਇਆ ਪੁਆਇੰਟ ਹੋ ਗਿਆ ਕੀ ਬੋਲੋ ਓਕੇ ਸਾਹਿਬ ਪਿੱਛੇ ਆਉਣ ਜੋੜੇ ਜੀ ਲੈ ਕੇ 263 ਭੁੱਖਪੁਰੇ ਦੀ ਟੀਮ ਆਉਣ ਲੱਗੀ 65 ਕਿਲੋ ਦੇ ਗਰਾਊਂਡ ਦੇ ਵਿੱਚ ਕੋਚ ਰਣਾ ਸਿੰਘ ਸਾਡਾ ਬਾਈ ਉਹਦੇ ਕਿਆਕੇ ਦੇ ਵਿੱਚ ਟੀਮ ਆਉਣੀ ਗਰਾਊਂਡ ਦੇ ਵਿੱਚ ਸਾਡੀ ਟੂਰਨਾਮੈਂਟ ਕਮੇਟੀ ਰਾਣਾ ਰਤਨਵਾਸ ਰਾਣਾ ਅਵਾਸ ਸਾਡਾ ਬਾਈ ਰਾਣਾ ਸਰਮਦ ਰਾਣਾ ਹਸਨੈਨ ਨੰਬਰਦਾਰ ਜਦ ਇਹਨਾਂ ਬਾਈਆਂ ਨੇ ਪੂਰੀਆਂ ਮੁਹੱਬਤਾਂ ਰਲ ਮਿਲ ਕੇ ਅੱਜ ਦੇ ਇਸ ਕਬੱਡੀ ਮੇਲੇ ਨਾਲ ਪੂਰਾ ਪਿਆਰ ਸਾਂਝਾ ਕੀਤਾ ਅੱਜ ਜਿਹੜਾ ਕਬੱਡੀ ਟੂਰਨਾਮੈਂਟ ਹੋ ਰਿਹਾ ਇਸ ਟੂਰਨਾਮੈਂਟ ਦਾ ਅੱਜ ਤੀਜਾ ਦਿਨ ਫਾਈਨਲ ਡੇ ਰਾਣਾ ਆਫਤਾਬ ਮਰਹੂਮ ਮੈਮੋਰੀਅਲ ਕਬੱਡੀ ਟੂਰਨਾਮੈਂਟ ਦਾ ਅੱਜ ਆਖਰੀ ਫਾਈਨਲ ਡੇ ਔਰ ਅੱਜ ਇਨਸ਼ਾਅੱਲਾ ਇਸ ਤੋਂ ਬਾਅਦ 65 ਕਿਲੋ ਦਾ ਮੈਚ ਹੋਣਾ ਔਰ ਉਸ ਤੋਂ ਬਾਅਦ ਇੱਕ ਵੱਡੀ ਟੱਕਰ ਹੋਣੀ ਹੈ ਚੀਮਾ ਚੱਕ ਕਬੱਡੀ ਕਲੱਬ ਔਰ 263 ਜੀ ਇੱਧਰਲੇ ਬੰਨੇ ਫਿਰ ਦੇਖਾਂਗੇ ਆਦੇ ਲੱਗ ਗਏ ਆ ਆਦੇ ਅੱਜ ਟੀਮ ਆਉਣ ਲੱਗੀ ਹੈ ਪਿੱਛੇ ਜੀ ਆਦੇ ਲੈ ਕੇ ਟੀਮ ਆਉਣ ਲੱਗੀ ਗਰਾਊਂਡ ਦੇ ਵਿੱਚ 263 ਭੁੱਖਪੁਰਾ ਆਓ ਜੀ ਕੇਸਾ ਬਾਜੇ ਟੀਮ ਲੈ ਕੇ ਆਜੋ ਟਾਈਮ ਥੋੜਾ ਵਾ ਇਸ ਤੋਂ ਬਾਅਦ ਵੱਡਾ ਮੈਚ ਵੀ ਹੋਣਾ ਆਜੋ ਟੀਮ ਲੈ ਕੇ ਛੋਟੀ ਗਰਾਊਂਡ 'ਚ ਆਜੋ ਔਰ ਸ਼ਹੀਦ ਕਬੱਡੀ ਕਲੱਬ ਜਗੋੜ ਵੀ ਆਜੋ ਸ਼ਹੀਦ ਕਬੱਡੀ ਕਲੱਬ ਜਗੋੜ ਦੀ ਟੀਮ ਵੀ ਆਜੋ ਛੋਟੀ ਗਰਾਊਂਡ ਦੇ ਵਿੱਚ ਜਲਦ ਤੋਂ ਜਲਦ ਆਜੋ ਮਿਹਰਬਾਨੀ ਕਰਨੀ ਆ ਬਾਜੀ ਹਾਂਜੀ ਰਾਣਾ ਸਿਸਨ ਕਰਦੇ ਸਾਰੀ ਟੀਮ ਰੈਡੀ ਕਰਦੇ ਛੋਟੀ ਇਸ ਤੋਂ ਬਾਅਦ ਵੱਡੀ ਟੀਮ ਦਾ ਵੀ ਮੈਚ ਹੋਣਾ ਜੀ ਟੀਮਾਂ ਰੈਡੀ ਰਹਿਣਾ ਵਾ ਇਹ 65 ਕਿਲੋ ਦੇ ਹਾਫ ਦੇ ਵਿੱਚ ਸਾਨੂੰ ਉਤਰੀਆਂ ਦੋਨੋਂ ਟੀਮਾਂ ਬਈ ਗਰਾਊਂਡ 'ਚ ਚਾਹੀਦੀਆਂ ਔਰ ਚੰਗ ਦੇ ਤੋਂ ਬਾਅਦ ਆਏ ਤੇ ਸਾਡੇ ਜਨਾਬ ਛੇ ਪੁਰਾਣੇ ਜਨਾਬ ਚੌਧਰੀ ਰਾਣਾ ਇਫਤਖਾਰ ਸਾਹਿਬ ਤਸ਼ਰੀਫ ਲੈ ਕੇ ਆ ਰਹੇ ਆ ਰਾਣਾ ਹਸਨ ਅਸ਼ਰਫ ਸਾਹਿਬ ਜਨਾਬ ਉਹ ਵੀ ਸਾਡੇ ਅੱਜ ਦੇ ਅਸੂਸੀ ਪ੍ਰਧਾਨ ਹੋਣੇ ਸਾਡੇ ਪੁਰਾਣੇ ਜਿਹੜੇ ਚੰਗ ਦੇ ਤੋਂ ਬਾਅਦ ਇਨਸ਼ਾਅੱਲਾ ਸਾਡੇ ਸਟੇਜ ਦੇ ਉੱਪਰ ਤਸ਼ਰੀਫ ਲੈ ਕੇ ਆ ਰਹੇ ਅੱਜ ਦੇ ਸਾਡੇ ਮੁੱਖ ਮਹਿਮਾਨ ਅੱਜ ਦੀ ਸਾਡੇ ਪਰਿਆ ਦੇ ਪ੍ਰਧਾਨ ਆਏ ਦੇ ਸਾਡੇ ਚੀਫ ਗੈਸਟ ਜਨਾਬ ਰਾਣਾ ਇਫਤਖਾਰ ਸਾਹਿਬ ਤਸ਼ਰੀਫ ਲੈ ਕੇ ਆ ਰਹੇ ਰਾਣਾ ਹਸਨ ਅਸ਼ਰਫ ਸਾਹਿਬ ਇਨਸ਼ਾਅੱਲਾ ਔਰ ਉਹਨਾਂ ਦੇ ਨਾਲ ਇਨਸ਼ਾਅੱਲਾ ਉਹਨਾਂ ਦੇ ਜਿੰਨੇ ਵੀ ਸੱਜਣ ਬੇਲੀ ਮਿੱਤਰ ਆਉਣਗੇ ਜਨਾਬ ਉਹਨਾਂ ਦਾ ਵੀ ਸ਼ੁਕਰੀਆ ਆ ਜਾਓ ਟੀਮ ਜਿਹੜਾ ਗਰਾਊਂਡ 'ਚ ਲਿਆਓ ਛੇਤੀ ਆ ਜਾਓ ਯਾਰ ਬਾਈ ਆ ਜਾਓ ਉੱਥੇ ਗੇੜੇ ਨਾ ਕੱਢੀ ਜਾਓ ਬਾਹਰ ਗਰਾਊਂਡ 'ਚ ਆਓ ਹਾਂਜੀ ਸ਼ਹੀਦ ਕਬੱਡੀ ਕਲੱਬ ਆ ਗਿਆ ਜੀ ਲੈ ਜੀ ਸ਼ਹੀਦ ਕਬੱਡੀ ਕਲੱਬ ਜਗੋੜ ਦੀ ਟੀਮ ਆ ਗਈ ਹੈ ਬਾਈ